ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਪਾਲ ਕੌਰ, ਨੂਰ ਕਿਚਨ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਜਿਹੜੀ ਅੱਜ ਦੀ ਰੈਸਪੀ ਲੈ ਕੇ ਆਏ, ਬਹੁਤ ਹੀ ਟੇਸਟੀ ਅਤੇ ਹੈਲਦੀ ਰੈਸਪੀ ਹੈ, ਅਤੇ ਇਸ ਰੈਸਪੀ ਨੂੰ ਸਿੱਖਣ ਲਈ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੁੜੇ ਰਹਿਣਾ। ਅਤੇ ਚਲੋ ਸ਼ੁਰੂ ਕਰਦੇ ਹਾਂ। ਟਮਾਟਰ, ਮੂਲੀ, ਪਿਆਜ਼ ਅਤੇ ਪੁਦੀਨੇ ਦੀ ਚਟਨੀ, ਚਟਪਟੀ ਚਟਨੀ ਬਣਾਉਣੀ। ਸਭ ਤੋਂ ਪਹਿਲਾਂ ਅਸੀਂ ਇੱਕ ਕੱਪ ਪੁਦੀਨਾ ਲਿਆ, ਬਿਲਕੁਲ ਫਰੈਸ਼ ਹੈ, ਜਿਸ ਨੂੰ ਅਸੀਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ ਵਾ। ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਲਿਆ, ਜਿਸਨੂੰ ਅਸੀਂ ਰਫਲੀ ਲੰਬੇ ਲੰਬੇ ਪੀਸਿਸ ਵਿੱਚ ਕੱਟ ਲਿਆ ਵਾ। ਅਤੇ ਇੱਕ ਕੱਪ ਹੀ ਹਰਾ ਧਨੀਆ ਲਿਆ ਵਾ, ਧਨੀਏ ਨੂੰ ਵੀ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ, ਅਤੇ ਇਸਨੂੰ ਅਸੀਂ ਰਫਲੀ ਕੱਟ ਲਿਆ ਵਾ। ਇਹਦੀਆਂ ਅਸੀਂ ਨਾਲ ਜਿਹੜੀਆਂ ਡੰਡੀਆਂ ਉਹ ਵੀ ਅਸੀਂ ਨਾਲ ਹੀ ਪਾਵਾਂਗੇ, ਕਿਉਂਕਿ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਚਟਨੀ 'ਚ। ਅਤੇ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਲਿਆ, ਜਿਸਨੂੰ ਅਸੀਂ ਰਫਲੀ ਕੱਟ ਲਿਆ। ਅਤੇ ਅਸੀਂ ਚਟਨੀ ਨੂੰ ਹੋਰ ਵੀ ਹੈਲਦੀ ਅਤੇ ਟੇਸਟੀ ਬਣਾਉਣ ਦੇ ਲਈ ਦੋ ਆਂਵਲੇ ਲਏ ਇਹਦੇ ਵਿੱਚ ਪਾਉਣ ਲਈ, ਤਿੰਨ ਹਰੀਆਂ ਮਿਰਚਾਂ ਲਈਆਂ, ਇੱਕ ਮੂਲੀ ਲਈ ਆ। ਅਤੇ ਚਲੋ ਹੁਣ ਅਸੀਂ ਚਟਨੀ ਬਣਾਉਣੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਮੂਲੀ ਨੂੰ ਛਿੱਲ ਲਵਾਂਗੇ। ਮੂਲੀ ਅਸੀਂ ਪੱਤੇ ਉਤਾਰ ਦੇਣੇ ਆ, ਨੀਚੇ ਵਾਲੇ ਹਿੱਸੇ ਤੋਂ ਵੀ ਇਸਨੂੰ ਕੱਟ ਦੇਣਾ। ਹੁਣ ਅਸੀਂ ਇੱਕ ਆਲੂ ਬਿੱਲਰ ਲਵਾਂਗੇ ਅਤੇ ਇਸਨੂੰ ਚੰਗੀ ਤਰ੍ਹਾਂ ਅਸੀਂ ਛਿੱਲ ਲੈਣਾ। ਦੇਖੋ ਮੂਲੀ ਨੂੰ ਅਸੀਂ ਚੰਗੀ ਤਰ੍ਹਾਂ ਛਿੱਲਿਆ। ਹੁਣ ਦੇਖੋ ਅਸੀਂ ਮੂਲੀ ਨੂੰ ਛਿੱਲ ਕੇ ਧੋ ਲਿਆ ਵਾ, ਅਤੇ ਹੁਣ ਅਸੀਂ ਇਹਦੇ ਪੀਸਿਸ ਕੱਟ ਲਵਾਂਗੇ। ਅਤੇ ਹੁਣ ਅਸੀਂ ਔਲਿਆਂ ਨੂੰ ਵੀ ਕੱਟ ਲੈਣਾ ਵਾ। ਅਸੀਂ ਦੋ ਆਂਵਲੇ ਲਏ ਸੀ, ਜਿਸ ਨੂੰ ਅਸੀਂ ਕੱਟ ਲਿਆ ਵਾ, ਅਤੇ ਇਹਨਾਂ ਦਾ ਬੀਜ ਜਿਹੜਾ ਅਸੀਂ ਵਿੱਚੋਂ ਹਟਾ ਦਿੱਤਾ ਵਾ। ਆਂਵਲਾ ਖਾਣਾ ਸਾਡੀ ਸਿਹਤ ਲਈ ਵੈਸੇ ਵੀ ਬਹੁਤ ਵਧੀਆ ਹੁੰਦਾ, ਕਿ ਅੱਖਾਂ ਲਈ ਅਤੇ ਰੋਸ਼ਨੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ, ਅਤੇ ਇਹ 'ਚ ਵਿਟਾਮਿਨ ਸੀ ਵੀ ਕਾਫੀ ਮਾਤਰਾ ਵਿੱਚ ਹੁੰਦਾ, ਅਤੇ ਵੈਸੇ ਵੀ ਪੇਟ ਦੇ ਜਿਹੜੇ ਹਾਜ਼ਮੇ ਨੂੰ ਸਹੀ ਰੱਖਦਾ ਵਾ, ਪੇਟ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਵਾ, ਅਤੇ ਬਹੁਤ ਹੀ ਟੇਸਟੀ ਅਤੇ ਜਿਹੜੀ ਚਟਾਕੇਦਾਰ ਜਿਹੜੀ ਸਾਡੀ ਹੈਲਦੀ ਜਿਹੜੀ ਚਟਨੀ ਬਣ ਕੇ ਤਿਆਰ ਹੋਏਗੀ। ਅਤੇ ਹੁਣ ਅਸੀਂ ਚਟਨੀ ਬਣਾਉਣੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਹੁਣ ਇੱਕ ਕੁੰਡਾ ਲਿਆ ਵਾ, ਕੁੰਡੇ ਦੇ ਵਿੱਚ ਅਸੀਂ ਜਿਹੜਾ ਪੁਦੀਨਾ ਅਤੇ ਧਨੀਆ ਜਿਹੜਾ ਅਸੀਂ ਲਿਆ, ਦੇਖੋ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਕੁੱਟ ਲਿਆ ਵਾ। ਅਤੇ ਹੁਣ ਅਸੀਂ ਇਹਦੇ ਵਿੱਚ ਹਾਫ ਚਮਚ ਜਿਹੜਾ ਸਾਬਤ ਜੀਰਾ ਐਡ ਕਰ ਰਹੇ ਹਾਂ। ਜੇਕਰ ਤੁਹਾਡੇ ਕੋਲ ਜੀਰਾ ਪਾਊਡਰ ਹੈ ਤੁਸੀਂ ਉਹ ਵੀ ਐਡ ਕਰ ਸਕਦੇ, ਪਰ ਜੀਰੇ ਦਾ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਵਾ, ਇਸ ਲਈ ਮੈਂ ਇਸਨੂੰ ਸਾਬਤ ਜੀਰਾ ਹੀ ਇਹਦੇ ਵਿੱਚ ਲੈ ਰਹੀ ਹਾਂ। ਅਤੇ ਇਸਨੂੰ ਵੀ ਅਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਕੁੱਟ ਲੈਣਾ ਵਾ। ਦੇਖੋ ਅਸੀਂ ਚਟਨੀ ਕੁੱਟ ਕੇ ਬਿਲਕੁਲ ਤਿਆਰ ਕਰ ਲਈ ਹੈ। ਅਤੇ ਹੁਣ ਅਸੀਂ ਇਸਨੂੰ ਇੱਕ ਬੋਲ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ, ਇਹਦੇ ਵਿੱਚ ਥੋੜ੍ਹਾ ਚਟਪਟਾ ਟੇਸਟ ਲਿਆਉਣ ਦੇ ਲਈ ਚਮਚ, ਹਾਫ ਚਮਚ ਜਿਹੜਾ ਅਸੀਂ ਚਾਟ ਮਸਾਲਾ ਐਡ ਕਰਾਂਗੇ, ਅਤੇ ਥੋੜ੍ਹਾ ਹੋਰ ਚਟਨੀ ਚਟਾਕੇਦਾਰ ਬਣਾਉਣ ਦੇ ਲਈ ਅਸੀਂ ਚਮਚ ਦਾ ਚੌਥਾ ਹਿੱਸਾ ਜਿਹੜਾ ਅਸੀਂ ਕਾਲਾ ਨਮਕ ਐਡ ਕਰਾਂਗੇ ਵਿੱਚ, ਹਾਫ ਚਮਚ ਜਿਹੜਾ ਅਸੀਂ ਅਮਚੂਰ ਪਾਊਡਰ ਐਡ ਕਰਾਂਗੇ ਵਿੱਚ, ਚਾਟ ਮਸਾਲੇ ਵਿੱਚ ਵੀ ਨਮਕ ਹੁੰਦਾ ਵਾ, ਅਸੀਂ ਕਾਲਾ ਨਮਕ ਵੀ ਐਡ ਕੀਤਾ ਵਾ। ਅਤੇ ਹੁਣ ਅਸੀਂ ਵਾਈਟ ਨਮਕ ਲੈ ਰਹੇ ਹਾਂ, ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਜੇ। ਅਤੇ ਚਮਚ ਦਾ ਚੌਥਾ ਹਿੱਸਾ ਹੀ ਅਸੀਂ ਇਹ 'ਚ ਗਰਮ ਮਸਾਲਾ ਐਡ ਕਰਾਂਗੇ। ਅਤੇ ਚਟਨੀ ਨੂੰ ਥੋੜ੍ਹਾ ਹੋਰ ਚਟਪਟੀ ਬਣਾਉਣ ਦੇ ਲਈ, ਇਹਦਾ ਖੱਟਾ ਮਿੱਠਾ ਟੇਸਟ ਲਿਆਉਣ ਦੇ ਲਈ ਅਸੀਂ ਇਹਦੇ ਵਿੱਚ ਦੋ ਚਮਚ ਜਿਹੜੇ ਇਮਲੀ ਦਾ ਪਲਪ ਪਾ ਰਹੇ ਹਾਂ, ਇਹਦਾ ਜਿਹੜਾ ਬੈਲੈਂਸ ਹੋ ਜਾਏਗਾ ਖੱਟ ਮਿੱਠੇ ਦਾ।
ਅਤੇ ਨਾਲ ਹੀ ਅਸੀਂ ਇਹਦੇ ਵਿੱਚ ਥੋੜ੍ਹੀ ਮਿਠਾਸ ਲਿਆਉਣ ਦੇ ਵਾਸਤੇ 2 ਚਮਚ ਜਿਹੜੇ ਅਸੀਂ ਇਹਦੇ ਵਿੱਚ ਗੁੜ ਲਿਆ ਸੀ ਉਸਨੂੰ ਅਸੀਂ ਕੁੱਟ ਕੇ ਇਹਦੇ ਵਿੱਚ ਐਡ ਕਰ ਦਿੱਤਾ ਵਾ। ਅਤੇ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਦਾਂਗੇ। ਬਹੁਤ ਹੀ ਟੇਸਟੀ ਜਿਹੜੀ ਚਟਨੀ ਬਣ ਕੇ ਤਿਆਰ ਹੋਈ ਆ। ਅਤੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਅਤੇ ਕਮੈਂਟ ਬਹੁਤ ਦੱਸਣਾ ਤੁਹਾਨੂੰ ਸਾਡੀ ਅੱਜ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ। ਜੇਕਰ ਰੈਸਪੀ ਪਸੰਦ ਆਈ ਤਾਂ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਨਾ। ਜੇਕਰ ਤੁਸੀਂ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਅਤੇ ਨਾਲ ਲੱਗਦੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਿਹੜੀ ਸਾਡੀ ਨਵੀਂ ਵੀਡੀਓ ਆਵੇ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਫਿਰ ਮਿਲਾਂਗੇ ਇਸ ਤਰ੍ਹਾਂ ਦੀ ਨਵੀਂ ਜੀ ਡਿਲੀਸ਼ੀਅਸ ਰੈਸਪੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।